अस्सलामुअलैकम, सत श्री अकाल, प्रणाम। मैं हाँ फरहान यूनस। अज असी पहुँचे हाँ चक नंबर 87A। साड़ी मुलाकात है बाबा मुहम्मद शरीफ होना नाल, जिन्हां ने 1947 के उजाड़े अपनी अखां नाल देखे। अस्सलामुअलैकम बाबा जी। वालेकुम सलाम जी। सुनाओ बाबा जी, की हाल है? अल्लाह का शुक्र है, ठीक ठाक हो? ठीक है। अच्छा ये दसो बुजुर्गो, अपना नाम की है? मोहम्मद शरीफ है। मोहम्मद शरीफ है। ते अपने अब्बा जी का नाम? शरफदीन है। शरफदीन। दादा जी का नाम चेते? नहीं। अच्छा ये दसो बुजुर्गो, चार असी भाई हैं। किन्ने भाई? चार है। चार भाई मेरे संभाले जी। ठीक। अच्छा बुजुर्गो, मैं आया थोड़े को अज 1947 के उजाड़िया दी गल्लां करन। हाँ जी। वो उजाड़े तुसी देखे? देखे। अच्छा, जदों 47 की वंड हुई थोड़ी किन्नी उम्र सी? 11 साल सी। 11 लाला या 12 वर्षे तो ज़्यादा नहीं सी, घट ही। अच्छा ये दसो बुजुर्गो, इस टाइम आप किहड़े पिंड च बैठे? 87 च। चक 87A। इहदी तहसील? इहदी तहसील लियाकतपुर। ज़िला? ज़िला रहीम यार खां। रहीम यार खां। अच्छा ये दसो बुजुर्गो, ਜਦੋਂ 1947 ਦੇ ਉਜਾੜੇ ਪਏ ਆ, ਤੁਹਾਡੀ ਉਮਰ ਕਿੰਨੀ ਸੀ? 11 ਸਾਲ ਦੇ। 11 ਸਾਲ ਪੱਕੇ ਦੇ ਘੱਟ ਨਹੀਂ ਸੀ ਇੱਦਾਂ ਇੰਨਾ ਕੁ ਸੀਗਾ। ਠੀਕ। ਅੱਛਾ ਇਹ ਦੱਸੋ, ਜਿਹੜਾ ਆਪਣਾ ਪਿਛੋਕੜ ਵਾਲਾ ਪਿੰਡ ਸੀ ਉਹਦਾ ਨਾਮ ਕੀ ਸੀ? ਕੁਲੀਏਵਾਲ। ਕੁਲੀਏਵਾਲ। ਤਹਿਸੀਲ? ਤਹਿਸੀਲ ਲੁਧਿਆਣਾ। ਜ਼ਿਲ੍ਹਾ? ਜ਼ਿਲ੍ਹਾ ਵੀ ਲੁਧਿਆਣਾ। ਅੱਛਾ ਇਹ ਜਿਹੜਾ ਆਪਣਾ ਪਿੰਡ ਸੀ ਕੁਲੀਏਵਾਲ, ਹਾਂਜੀ, ਇਸ ਪਿੰਡ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਯਾਦ? ਹਾਂ ਦੱਸੋ। ਭਾਮੀਆਂ, ਖਾਸੀ। ਭਾਮੀਆਂ, ਖਾਸੀ। ਖਾਸੀ ਫਿਰ ਚਲਾ ਜਾ ਇੱਧਰ ਨੂੰ ਬੇਟ ਵੱਲ ਨੂੰ, ਉੱਧਰ ਜਗੀਰਪੁਰ, ਸੀੜੇ, ਬਾਜੜੇ। ਠੀਕ ਹੈ। ਇੱਦਾਂ ਦੇ ਪਿੰਡ ਸੀਗੇ। ਠੀਕ ਹੈ। ਅੱਛਾ ਇਹ ਦੱਸੋ, ਜਿਹੜਾ ਆਪਣਾ ਪਿੰਡ ਸੀ ਕੁਲੀਏਵਾਲ, ਤੇ ਕਿੰਨਾ ਕੁ ਵੱਡਾ ਪਿੰਡ ਸੀ? ਇਹ ਮਰਬੇ ਕਿਤੇ ਸੀਗਾ, ਆਬਾਦੀ ਇਹਦੀ ਬੜੀ ਸੰਘਣੀ ਸੀ। ਕਿੰਨੀ ਕੁ ਆਬਾਦੀ ਸੀ? ਆਬਾਦੀ ਤਾਂ ਮੈਨੂੰ ਹੁਣ ਅੰਦਾਜ਼ਾ, ਮਰਬੇ 'ਚ ਚੰਗੀ ਸੰਘਣੀ ਆ। ਇੱਥੇ ਇਹਦੀਆਂ ਸੜਕਾਂ ਨਾ ਸੀ, ਗਲੀਆਂ ਹੀ ਸੀ ਪੱਕੀਆਂ। ਠੀਕ। ਅੱਛਾ ਇਹ ਦੱਸੋ, ਜਿਹੜਾ ਆਪਣਾ ਪਿੰਡ ਸੀ ਕੁਲੀਏਵਾਲ, ਹਾਂਜੀ, ਇਹਦੀਆਂ ਕਿੰਨੀਆਂ ਲੰਬੜਦਾਰੀਆਂ ਸੀ? ਲੰਬੜਦਾਰੀ ਇੱਕੋ ਹੀ ਸੀ। ਕੋਈ ਸੀ? ਕੀ ਨਾਂ ਸੀ ਲੰਬੜਦਾਰ ਦਾ? ਉਹ ਨਹੀਂ ਯਾਦ, ਖਾਤਾ ਨਹੀਂ ਕਿਹੜਾ ਸੀ, ਉਹਦਾ ਭੁੱਲ ਗਿਆ, ਉਹਨੂੰ ਪਤਾ ਨਹੀਂ।